जी अस्सलाम वालेकुम बाबा जी। वालेकुम सलाम। बाबा जी की नाम है तुहाडा? रहमत अली। रहमत अली। ते बाबा जी जदों पाकिस्तान बनया सी उदों तुहाडी किन्नी उम्र सी? 10-12 साल। ते तुसी इत्थों दे रहण वाले हो या इंडिया चो आए हो? इंडिया चो। ते किहड़े पिंड आए छो? वरसोला ही पिंड दा। ये पिंड केड़ी तहसील या केड़े जिले दे विच सी? गुरदासपुर तों मगरब की तरफ 3 मील पर लबे सड़क। कोशिश करो पंजाबी बोलन दी। अच्छा अच्छा। गुरदासपुर तों 3 मील 3 मील लेंदे? लेंदे। अच्छा। वरसोले दा वरसोला पिंड दा? वरसोला पिंड सी। ते किड्डा को पिंड सी? ये छोटा ही सी। ਕਿੰਨੀ ਕੁ ਆਬਾਦੀ ਅੰਦਾਜ਼ਨ 1500-2000 ਕਿੰਨੀ? ਆ ਬਸ 1500 ਦੇ ਰਾਉਂਡ ਅਬਾਊਟ ਹੈ। ਤੇ ਜ਼ਿਆਦਾਤਰ ਆਬਾਦੀ ਜਿਹੜੀ ਹੈ ਉਹ ਕਿਹੜਾ ਕੰਮ ਕਰਦੀ ਸੀ? ਜ਼ਿਆਦਾਤਰ ਆਬਾਦੀ ਤੇ ਸਿੱਖ ਜਿਹੜੇ ਸਨ ਉਹ ਵਾਈ ਬੀਜੀ ਦਾ ਹੀ ਕਰਦੇ ਸਨ। ਅੱਛਾ। ਤੇ ਬਾਕੀ ਮੁਖਤਲਿਫ ਪੇਸ਼ਿਆਂ ਦੇ ਸਨ, ਕੋਈ ਆਪਣਾ ਜਲਾ, ਕੋਈ ਮੋਤੀ, ਕੋਈ ਨਾਈ, ਕੋਈ ਤਰਖਾਨ ਤੇ ਕੋਈ ਨਹੀਂ। ਤੇ ਉੱਥੋਂ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਸਾਨੂੰ ਇੱਥੋਂ ਜਾਣਾ ਪੈਣਾ ਹੈ? ਐਲਾਨ ਜੋ ਹੋ ਗਿਆ ਕਿ ਪਾਕਿਸਤਾਨ ਪਹਿਲੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦਾ 2-3 ਦਿਨ ਦੋਦਾ ਰਿਹਾ ਕਿ ਪਾਕਿਸਤਾਨ 'ਚ। ਅੱਛਾ। ਉਹ ਸਾਡੇ ਪਿੰਡ ਲਾਗੇ ਇੱਕ ਪਿੰਡ ਸੀ ਪਰ ਲੱਖੋਵਾਲ, ਉੱਥੋਂ ਦੇ ਮੁਸਲਮਾਨਾਂ ਨੇ ਹਿੰਦੂਆਂ ਨੂੰ ਕੜਕਾ ਕੱਢਿਆ 2-4 ਨੂੰ। ਅੱਛਾ। ਦੂਸਰੇ ਦਿਨ ਐਲਾਨ ਹੋ ਗਿਆ ਕਿ ਗੁਰਦਾਸਪੁਰ ਅਤੇ ਅੰਮ੍ਰਿਤਸਰ ਜਿਹੜਾ ਨਾ ਇੰਡੀਆ 'ਚ ਨਾ। ਅੱਛਾ। ਉਹ ਫਿਰ ਉਹਦਾ ਆਪਣਾ ਸ਼ੁਰੂ ਕਰ ਦਿੱਤੇ ਮਾਰ ਕਟਾਈ। ਅੱਛਾ। ਤੋ ਫਿਰ ਪਤਾ ਚੱਲ ਗਿਆ ਕਿ ਇੰਡੀਆ 'ਚ ਆ ਗਿਆ। ਅੱਛਾ। ਤੋ ਉਹ ਜਥੇ ਜੁਥੇ ਬਣਨੇ ਸ਼ੁਰੂ ਹੋ ਗਏ, ਸਿੱਖਾਂ ਦੇ ਜਥੇ ਬਣਾਉਣੇ ਸ਼ੁਰੂ ਕਰ ਦਿੱਤੇ। ਤੋ ਸਾਡੇ ਪਿੰਡ ਸਿੱਖਾਂ ਨੇ ਅਤੇ ਮੁਸਲਮਾਨ ਨੇ ਰਾਤ ਨੂੰ ਪਹਿਰਾ ਪਿਆ ਦੇਣਾ। ਅੱਛਾ। ਹਿੰਦੂ ਮੁਸਲਿਮ ਭਾਈ ਭਾਈ ਸਾਡਾ ਕੰਮ ਸੁਲਾ ਸਫਾਈ। ਅੱਛਾ। ਇਹ ਮਤਲਬ ਕਿ ਇੱਕ ਦੂਜੇ ਸਾਡੀ ਹਿਫਾਜ਼ਤ ਵਾਸਤੇ। ਤੋ ਫਿਰ ਨਹੀਂ ਪੇਸ਼ ਗਈ ਤਾਂ ਫਿਰ ਆਪਣਾ ਜਥੇ ਜੁਥੇ ਹੋਣ ਲੱਗ ਪਏ ਅਤੇ ਫਿਰ ਸਾਨੂੰ ਨਿਕਲਣਾ ਪਿਆ ਉੱਥੋਂ। ਅਤੇ ਜਦੋਂ ਤੁਸੀਂ ਨਿਕਲੇ ਹੋ ਤਿਆਰੀ ਕਰਕੇ ਨਿਕਲੇ ਹੋ ਜਾਂ ਆਨਣ ਫਾਨਣ ਤੁਹਾਨੂੰ? ਨਹੀਂ, ਵਕਤੀ ਤੌਰ 'ਤੇ ਜੀ, ਥੋੜ੍ਹੇ ਦਿਨਾਂ ਦਾ ਮਾਮਲਾ, ਫਿਰ ਵਾਪਸ ਆ ਜਾਣਾ ਹੈ। ਯਾਨੀ ਤੁਹਾਡੇ ਜ਼ਿਹਨ 'ਚ ਇਹੀ ਕਹਾਂ ਇੱਥੇ ਫਿਰ ਆ ਜਾਣਾ? ਫਿਰ ਆ ਜਾਣਾ ਇਹੀ। ਅੱਛਾ। ਆਮ ਬਜ਼ੁਰਗਾਂ ਦੀ ਜ਼ਬਾਨੀ ਇਹੀ ਸੀ ਕਿ ਫਿਰ ਵਾਪਸ ਆ ਜਾਣਾ। ਅੱਛਾ। ਤੋ 4 ਵਜੇ ਅਸੀਂ ਪਿੰਡੋਂ ਨਿਕਲੇ ਹਾਂ, ਸਿੱਖ ਸਾਡੇ ਨਾਲ ਨੇ, ਸਾਨੂੰ ਉਹ ਆਪਣਾ ਪੱਤਾਂ ਦੇ ਉੱਤੇ ਆਖਣ ਲੱਗਿਆ ਵੀ ਉਹ ਤੁਹਾਡਾ ਪੱਤਾਂ ਦੇ ਉੱਤੇ ਚੱਲ ਜਾਓ, ਸਾਨੂੰ ਆਪਣੀ ਹਿਫਾਜ਼ਤ 'ਚ ਲਿਆ ਕੇ ਨੇ। ਰਸਤੇ 'ਚ ਆ ਪੈਂਦੇ ਰਹਿੰਦੇ ਸਿੱਖ, ਮੂੰਹ ਛੂੰ ਕੱਢਦੇ ਰਹਿੰਦੇ, ਲੇਕਿਨ ਉਹ ਸਾਡੇ ਨਾਲ ਸਿੱਖ ਹੈ ਸਨ, ਉਹਨਾਂ ਦਾ ਸਾਨੂੰ ਕਿਸੇ ਪਾਸੇ ਜ਼ੋਖ ਨਹੀਂ ਆਉਣ ਦਿੰਦਾ। ਉਹਨਾਂ 'ਚ ਕਿਸੇ ਦਾ ਨਾਂ ਹੁੰਦਾ ਜੇ? ਕਿੰਨਾ 'ਚੋਂ ਪਿੰਡ ਸਿੱਖ ਹਨ ਤੁਹਾਡੇ ਨਾਲ ਤੁਹਾਡੇ? ਹਾਂ, ਸਾਰਿਆਂ ਦਾ। ਹਰਨਾਮ ਸਿੰਘ ਪਿੰਡ ਆਦੀ ਸੀ ਤਕਰੀਬਨ ਚੰਗਾ, ਉਹ ਸਿੱਖਦਾਰ ਸੀ। ਅੱਛਾ। ਹੋਰ ਸੀ ਮੌਜਾ ਸਿੰਘ, ਯਾਰਾ ਸਿੰਘ, ਮੁਖਤਾਰੀ, ਗੰਗੂ ਸਿੰਘ, ਬਾਬਾ ਕਚਲਾ, ਇਸ ਤਰ੍ਹਾਂ ਕਈ ਇੱਕ ਸਿੱਖ ਆਇਆ ਸਨ। ਅਤੇ ਪਾਕਿਸਤਾਨ ਬਣਨ ਤੋਂ ਪਹਿਲਾਂ ਜਿਵੇਂ ਤੁਸੀਂ ਉੱਥੇ ਰਹਿੰਦੇ ਹੋ, ਅਤੇ ਕਦੀ ਤੁਹਾਨੂੰ ਅਹਿਸਾਸ ਹੋਇਆ ਸੀ ਕਿ ਯਾਰ ਅਸੀਂ ਇਹ ਇਲਾਕਾ ਛੱਡ ਕੇ ਇੱਥੋਂ ਤੁਰ ਜਾਣਾ ਵੇ? ਨਹੀਂ, ਉਹ ਸਾਡੇ ਵਹਿਮ 'ਚ ਕਿੱਥੋਂ ਸੀ, ਜਦੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਸਾਡੇ ਕਾਬੋ ਖਿਆਲ 'ਚ ਨਹੀਂ ਕਿ ਪਾਕਿਸਤਾਨ ਬਣੇਗਾ, ਇੰਡੀਆ ਬਣੇਗਾ, ਇਹ ਸਾਡੇ ਵਾਮ ਖਿਆਲ 'ਚ ਕਿਸੇ ਦੇ ਵੀ ਵਾਮ ਖਿਆਲ 'ਚ ਨਹੀਂ। ਅਤੇ ਜਿੰਨੇ ਜੀ ਉੱਥੋਂ ਤੁਸੀਂ ਚੱਲੇ ਹੋ ਉਹਨੇ ਇੱਥੇ ਪਹੁੰਚ ਗਏ ਹੋ? ਨਹੀਂ, ਪੱਤਣ 'ਤੇ ਆਏ ਹਾਂ। ਹਾਂ ਹਾਂ। ਸਿੱਖ ਆਖਣ ਲੱਗੇ ਕਿ ਹਾਂ ਸੁਬਾਹ ਜਥੇ ਦੇ ਵਿੱਚ ਆਉਣਾ ਜੇ। ਅੱਛਾ। ਸੁਬਾਹ ਜਥਾ ਪੈਣਾ ਜੇ, ਚਾਰਾ ਨਿਕਲੇਗਾ ਤਾਂ ਨਿਕਲ ਜਾਓ ਪਾਰ। ਅੱਛਾ। ਉਹ ਕੁਦਰਤੀ ਤੌਰ 'ਤੇ ਦਰਿਆ ਦਾ ਪਾਣੀ ਜਿਹੜਾ ਸੀ ਨਾ ਉਹ ਘੱਟ ਗਿਆ। ਅੱਛਾ। ਜਦੋਂ ਆਉਂਦਾ ਗਾਹਣ ਹੋ ਗਿਆ, ਉਹ ਲੋਕਾਂ ਨੇ ਨਿਕਲਣਾ ਸ਼ੁਰੂ ਕਰ ਦਿੱਤਾ ਅਤੇ ਉਹ ਜਥਾ ਵੀ ਪੈ ਗਿਆ। ਜਥੇ ਨੇ ਬੜੀ ਕਤਲਾਮ ਹੋਈ, ਉੱਥੇ ਸਾਡੇ ਪਿੰਡ ਦੇ ਵਾਹਵਾ ਜੀ ਉੱਥੇ ਨੁਕਸਾਨ ਲੈ ਗਿਆ। ਅਤੇ ਕਿੰਨਾ ਕੁ ਪਾਣੀ ਸੀ ਉਦੋਂ ਜਦੋਂ ਤੁਸੀਂ ਉਹ ਜਿਹੜਾ ਨਾ ਦਰਿਆ ਰਾਵੀ ਪਾਰ ਕਰਨ ਲੱਗੇ? ਉਦੋਂ ਹੈ ਕੋਈ 4-4 ਫੁੱਟ, 5-5 ਫੁੱਟ, 4-4। ਅੱਛਾ। ਤੋ ਜਿਹੜੇ ਸਨ ਨਾ ਮਰਦ ਜਵਾਨ ਉਹ ਤਾਂ ਨਿਕਲਿਆ, ਅਤੇ ਜਿਹੜੇ ਬੱਚੇ ਸਨ ਜਾਂ ਉਹ ਇੱਕ ਰੱਸਾ ਸੀ ਜਿਹੜਾ ਸਨ ਪਿੰਡ, ਉਹਨਾਂ ਕੋਲ ਰੱਸਾ ਹੀ ਇੱਕ ਜਿਹੜਾ ਖੱਡੀ ਨੂੰ ਪਾਉਂਦੇ ਨੇ। ਅੱਛਾ। ਉਹ ਮੁਖਤਲਿਫ ਜਗ੍ਹਾ ਤੋਂ ਕਦੇ ਉੱਥੋਂ ਜਵਾਨ ਬੰਦੇ ਨੇ ਫੜ ਲਿਆ, ਵਿੱਚ ਬੀਬੀਆਂ ਨੇ ਫੜ ਲਿਆ, ਉੱਥੋਂ ਜਵਾਨ ਬੰਦੇ ਨੇ ਫੜ ਲਿਆ, ਵਿੱਚ ਬੀਬੀਆਂ ਨੇ ਫੜ ਲਿਆ, ਬੱਚਿਆਂ ਨੇ, ਉਹ ਇਸ ਬੇੜਿਆਂ ਨੂੰ ਖਿੱਚ ਕੇ ਪਾਰ ਲੈ ਆ। ਅੱਛਾ। ਉਹ ਬੀਬੀਆਂ ਇਸ ਤਰ੍ਹਾਂ ਨਿਕਾਲੀਆਂ ਅਤੇ ਮੈਂ ਤਾਂ ਬਿਮਾਰ ਸਾਂ, ਮੈਨੂੰ ਮੇਰੇ ਵੱਡੇ ਭਾਈ ਨੇ ਮੈਨੂੰ
चुक के बाहर लिया था सी। अच्छा ते जदों तुसी पाकिस्तान की जमीन पर पहुंचे तो तुहाडे उदों की एहसास सन, तुहाडे की जज्बात सन किस दे मतलब की जदों तुसी पाकिस्तान की जमीन पर पहुंचे तुहानू पता लग गया कि अं हुण पाकिस्तान च आ गए? उदों असीं आख्या कि महफूज हो गए हुण, बल्कि इत्थों तक कि इस तरह मैं बैठा था तो पारों एक गोई आई, एक लड़की सी मेरे, वो पता नहीं कितों दी नहीं, उहनू पार आ के गोई लगी, वह ना फिर उन दरिया दे विच इहदा दीन पनाह एक पिंड दा नाम, पहला सड़क अच्छा रात, फिर नैनाकोट आ गए रात, फिर दो त्रे रात शकरगढ़ रहे, शकरगार भी एक घर के रेंदे हाँ, उतों बंद व्डिया ने मंग मूंग के लिया के आटा दाना तो वह पे पका पकू के पे खाना, उस तो बाद फिर अं आ गए चकवाल चले गए, चकवाल पिंड शकरगढ़ के शमाल की तरफ। अच्छा जा कमरू ला गए। अच्छा उत्थे कोई 18-20 दिन रहे महीना, मतलब उस तो बाद कंजरूर आ गए, कंजरूर बड़े बड़े व्डे चबारे दो मंदले चबारे उ ग्राउंडा बनी दियाँ, नलके उ थले खूं, उत कारोबार कोई ना, उतों फिर इत कुछ बंदे वेखण आ गए कि अं इधर चलीए कि बजुर्ग आदमी जोड़े फिर इतने आए, वो जगह इतने वेख के चले गए, उतों फिर ईदों अगले दिन ईद आए दिन अं ईदों अगले दिन इत पसरूर मस्जिद नहीं जारी जाती इधर स्टेशन आ गए, नहीं स्टेशन मोड़ तो जारी इधर पर तरी है पास मेन मोड़ दे मोड़ तो जरा खबे सब्ज मंडी जाई दी ओ हो यो मस्जिद जड़ी वाली कोने वाली मस्जिद उठे ही रात रहे हां। अगले दिन ऐसे आए फिर पैदल ही उठा सड़क कच्ची ते टोरियां वाले खुई सी उत बनी दी सड़क के उत्ते हाँ उत खुई सी सड़क तो पानी वह खारा ही उत्थे किसी ने खेस चुकया था किसी ने कोई थोड़ा बहुत समान जरा है से उत्थे अं आके बह गए ईदों अगले दिन उतों ऐसे चलो जी हम रोटियां इतों ले लीए वो पिंड फिर रोटियां मंगने ही तुर गए वो हूँ भी मैं जो ज्यादा तो एक बुआ ही सामने उतों एक बीबी ने मैंने एक रोटी तो दो बोटियां तो दतिया मैं एक रोटी लैके वापस आ गया मैं हूँ सीधा भी जावा तो बुआ मैंने सीधा नजर आता कि मैं एक रोटी खा कर उतों फिर इतने आ गए अल्लाह इतने जो तुम आए तो फिर तुम मकान किमें मिले जेडे मकान पहले वे गए सिखा के खाली मकान तो सारे पे अच्छा पहला वेख के गए हो पहले वडेरे बंदे वेख गए अच्छा ਉਹ ਫਿਰ ਆ ਕੇ ਤੇ ਇੱਥੇ ਮਕਾਨ ਖਾਲੀ ਪਏ ਦੇ ਸਾਰੇ ਤੇ ਹੁਣ ਤੁਹਾਨੂੰ ਕਦੀ ਯਾਦ ਆਉਂਦਾ ਕਿ ਯਾਰ ਕੋ ਜਿੱਥੇ ਜੰਮੇ ਭਲੇ ਆ ਉਸ ਇਲਾਕੇ 'ਚ ਕਦੀ ਜਾ ਕੇ ਵੇਖ ਕੇ ਆਈਏ? ਆਉਂਦਾ ਤਾਂ ਹੈ ਯਾਰ ਪਰ ਉਹ ਮਜਬੂਰੀ ਆ ਹੁਣ ਕਿਸ ਤਰ੍ਹਾਂ ਜਾ ਸਕਦੇ ਆਪਣੀ ਜਨਮ ਭਰਤੀ ਤਾਂ ਨਹੀਂ ਨਾ ਭੁੱਲਦੀ ਬਹੁਤ ਸ਼ੁਕਰੀਆ ਜਨਾਬ।